ਪਹਿਲਾਂ ਫਾਇਰਿੰਗ। ਹੁਣ ਵਾਰਨਿੰਗ, ਗੈਂਗਸਟਰ ਰਿੰਦਾ ਦੀ SHO ਨੂੰ ਸਿੱਧੀ ਧਮਕੀ। ਜੀ ਹਾਂ, ਪਹਿਲਾਂ ਗੈਂਗਸਟਰ ਹਰਵਿੰਦਰ ਰਿੰਦਾ ਦੇ ਨਾਮ ਤੇ ਅੰਮ੍ਰਿਤਸਰ ਦੇ ਇੱਕ ਆੜਤੀਏ ਤੋਂ 5 ਕਰੋੜ, ਜੀ ਹਾਂ 5 ਕਰੋੜ ਦੀ ਫਿਰੌਤੀ ਮੰਗੀ ਗਈ। ਤੇ ਫਿਰ ਫਿਰੌਤੀ ਨਾ ਦੇਣ ਤੇ ਉਸੇ ਆੜਤੀਏ ਦੇ 2-2 ਗਨਮੈਨਾਂ ਦੀ ਹਾਜ਼ਰੀ 'ਚ ਗੋਲੀਆਂ ਚਲਾ ਦਿੱਤੀਆਂ ਗਈਆਂ। ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦ ਕਥਿਤ ਤੌਰ 'ਤੇ ਗੈਂਗਸਟਰ ਹਰਵਿੰਦਰ ਰਿੰਦਾ ਵੱਲੋਂ ਰਾਮਦਾਸ ਪੁਲਿਸ ਸਟੇਸ਼ਨ ਦੇ SHO ਨੂੰ ਹੀ ਫੋਨ ਲਾ ਕੇ ਧਮਕੀ ਦੇ ਦਿੱਤੀ ਜਾਂਦੀ ਹੈ। ਜੀ ਹਾਂ, ਬੀਤੇ ਦਿਨੀ ਅੰਮ੍ਰਿਤਸਰ ਦੇ ਰਾਮਦਾਸ 'ਚ ਸੁਰਜੀਤ ਸਿੰਘ ਨਾਮ ਦੇ ਆੜਤੀਏ 'ਤੇ ਫਾਇਰਿੰਗ ਹੋਈ ਸੀ। ਦੱਸਿਆ ਜਾ ਰਿਹਾ ਕਿ ਇਸ ਆੜਤੀਏ ਤੋਂ ਗੈਂਗਸਟਰ ਹਰਵਿੰਦਰ ਰਿੰਦਾ ਦੇ ਨਾਮ 'ਤੇ 5 ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਬਕਾਇਦਾ ਆੜਤੀਏ ਨੂੰ ਗਨਮੈਨ ਵੀ ਦਿੱਤੇ ਗਏ ਅਤੇ ਫਿਰੌਤੀ ਨਾ ਦੇਣ 'ਤੇ ਉਸ 'ਤੇ ਗੋਲੀਆਂ ਚੱਲ ਗਈਆਂ। ਗਨਮੈਨਾਂ ਦੀ ਮੌਜੂਦਗੀ 'ਚ ਹੀ ਉਸ 'ਤੇ ਫਾਇਰਿੰਗ ਹੋ ਗਈ। ਪਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਥਿਤ ਤੌਰ 'ਤੇ ਗੈਂਗਸਟਰ ਰਿੰਦਾ ਵੱਲੋਂ ਰਾਮਦਾਸ ਪੁਲਿਸ ਸਟੇਸ਼ਨ ਦੇ SHO ਅਵਤਾਰ ਸਿੰਘ ਨੂੰ ਆਡੀਓ ਭੇਜ ਕੇ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਪੁਲਿਸ ਸੁਰਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੇ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ PTC ਨਿਊਜ਼ ਇਸ ਫੋਨ ਕਾਲ ਦੀ, ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਅਵਤਾਰ ਸਿੰਘ ਜੀ ਰਿੰਦਾ ਬੋਲਦਾ, ਜਿਹਦੇ ਪਿੱਛੇ ਤੁਸੀਂ ਲੋਕ ਪਿੰਡਾਂ ਦੇ ਪਿੰਡ ਵਿਹਲੇ ਕਰਨ ਦੇ ਇਹਦੇ ਲਿਆ ਕੇ ਠਾਣਾ ਭਰਿਆ ਵਾ। ਪਹਿਲੋਂ ਉਹਦੀ ਕਰਤੂਤ ਵਾ ਤੁਹਾਨੂੰ ਉਹ 'ਚ। ਪਹਿਲੀ ਗੱਲ ਤਾਂ ਅਸੀਂ ਕਿਸੇ ਨੂੰ ਫੋਨ ਨਹੀਂ ਲਈਦਾ, ਪੈਸਿਆਂ ਨੂੰ ਉਦੋਂ ਫੋਨ ਲਈਦਾ ਵੀ ਜਿਹਨੇ ਪੈਸਾ 2 ਨੰਬਰ ਦਾ ਇਕੱਠਾ ਕੀਤਾ ਹੋਵੇ ਉਹਨੂੰ। ਕੱਲ੍ਹ ਕੋਈ ਟੈਕਸ ਚੋਰੀ ਕੀਤੀ ਫਿਰ ਵੀ ਕੋਈ ਗੱਲ ਨਹੀਂ ਗੀ, ਇਹਨਾਂ ਦੇ ਚਿੱਟਾ ਵੇਚਿਆ ਵਾ ਜਿਹਦੇ ਰਾਖੇ ਬਣੇ ਜੇ। ਪਹਿਲਾਂ ਤਾਂ ਇਹਨਾਂ ਇਨਵੈਸਟੀਗੇਟ ਕਰੋ ਨਾ। ਬਾਕੀ ਰਹੀ ਗੱਲ, ਜਿਹੜਾ ਤੁਸੀਂ ਇੱਥੇ ਇੰਨੀ ਜਨਤਾ ਇਕੱਠੀ ਕੀਤੀ ਆ, ਠਾਣਾ ਭਰਿਆ ਵਾ, ਤੇ ਉਹ ਦੌਰ ਹੁਣ ਉਹ ਗਿਆ 90 ਵਾਲਾ, ਜਦੋਂ ਕੋਈ ਪੁੱਛਦਾ ਨਹੀਂ ਗਾ। ਇਹ ਤੁਸੀਂ ਦੇਖ ਲਓ ਵੀ ਹਾਈ ਕੋਰਟ ਚੜ੍ਹਨੇ ਪੌੜੀਆਂ ਚੜ੍ਹਨੀਆਂ ਔਖੀਆਂ ਹੋ ਜਾਣੀਆਂ ਤੁਹਾਨੂੰ, ਠੀਕ ਹੈ ਨਾ। ਤੇ ਬਾਅਦ 'ਚ ਮੈਂ ਦੇਖੇ ਜਿਹੜੇ SHO ਪਿੱਛੇ ਪਿੱਛੇ ਘੁੰਮਦੇ ਹੁੰਦੇ ਤੇ ਉਤਲੇ ਜਿਹੜੇ IG ਤੇ DIG ਹੁੰਦੇ ਇਹ ਪੁਲਿਸ ਪੱਲਾ ਨਹੀਂ ਲੈਂਦੇ ਹੁੰਦੇ, ਠੀਕ ਹੈ ਨਾ। ਅਫਸਰਾਂ ਨੇ ਚੇਂਜ ਹੋ ਜਾਣਾ, ਤੁਸੀਂ ਇੱਥੇ ਸੜਕਾਂ 'ਤੇ ਹੋਣਾ, ਕਦੇ ਕਿਤੇ ਨਾਕਾ ਲਾਉਂਦਾ ਕਦੇ ਕਿਤੇ ਨਾਕਾ ਲਾਉਂਦੇ ਆ, ਇਹ ਤਾਂ ਤੁਹਾਡੀ ਸਾਡੀ ਗੱਲ ਆ। ਤਾਂ ਸੁਣਿਆ ਤੁਸੀਂ ਕਿਵੇਂ ਸਿੱਧੇ ਅਸਿੱਧੇ ਤੌਰ 'ਤੇ ਇੱਕ SHO ਤੱਕ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਉਹ ਵੀ ਇੱਕ ਵਾਰ ਨਹੀਂ ਵਾਰ ਵਾਰ ਲਗਾਤਾਰ, ਕਦੇ ਕਿਸੇ ਤਰ੍ਹਾਂ ਕਦੇ ਕਿਸੇ ਤਰ੍ਹਾਂ। ਫੋਨ ਕਰਨ ਵਾਲੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਤਾਂ ਬੰਦੇ ਚੁੱਕਦੇ ਹੀ ਹੋ, ਅਸੀਂ ਤਾਂ ਸਿੱਧਾ ਮਾਰ ਦਿੰਦੇ ਹਾਂ। ਆਵਾਜ਼ ਤੋਂ ਹੀ ਫੋਨ ਕਰਨ ਵਾਲੇ ਦੀ ਬੇਖੌਫੀਅਤ ਦਾ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ। ਪਰਿਵਾਰਾਂ ਨੂੰ ਇਨਵੋਲਵ ਕਰੋਗੇ ਨਾ ਤੇ ਫਿਰ ਤੁਸੀਂ ਵੇਖ ਲਓ ਵੀ ਪਹਿਲਾਂ ਤੇ ਲੋਕ ਛਿਪ ਕੇ ਟਾਈਮ ਲੰਘ ਜਾਂਦਾ ਹੁੰਦਾ ਸੀਗਾ, ਕਿਸੇ ਨੂੰ ਪਤਾ ਨਹੀਂ ਕੌਣ ਕਿੱਥੇ ਕੌਣ ਕਿੱਥੇ ਆ। ਹੁਣ ਤੇ ਦੁਨੀਆ ਨਾ ਹੱਥ ਦੀ ਤਲੀ 'ਤੇ ਆ ਗਈ ਸਾਰੀ, ਜਿਹਦਾ ਮਰਜ਼ੀ ਪਤਾ ਕਰ ਲਓ, ਠੀਕ ਹੈ ਨਾ। ਐਰਕਾ ਜੇ ਤੁਸੀਂ ਇੱਕ ਪਰਿਵਾਰ ਚੁੱਕੋਗੇ, ਪਰਿਵਾਰ ਦਾ ਜੀਅ ਚੁੱਕੋਗੇ ਨਾ ਤੇ ਅਸੀਂ 2 ਮਾਰਾਂਗੇ, ਤੁਸੀਂ ਚੁੱਕਣੇ ਅਸੀਂ ਮਾਰਨੇ ਆ, ਠੀਕ ਹੈ ਨਾ। ਅਤੇ ਉਸ ਹਿਸਾਬ ਨਾਲ ਆਪਣਾ ਹੈ ਨਾ ਵੀ ਪੈਡ ਪਾਇਓ ਅਤੇ ਨਾਲੇ ਪਿਛਲਿਆਂ ਦੀ ਦੇਖ ਲਓ ਜਿਨ੍ਹਾਂ ਨੇ ਪਿੱਛੇ ਕੀਤਾ ਨਾ ਵੀ ਹਲੇ ਉਹਨਾਂ ਦਾ ਟਾਈਮ ਮੁੱਕਾ ਨਹੀਂ ਗਾ। ਜਿਹੜੇ ਜਿਹੜੇ ਰਿਟਾਇਰਮੈਂਟ ਲੈ ਕੇ ਘਰਾਂ ਨੂੰ ਗਏ ਆ ਨਾ ਉਹਨਾਂ ਦਾ ਦੇਖੋ ਟਾਈਮ ਸ਼ੁਰੂ ਹੁੰਦਾ, ਉਹਨਾਂ ਨੂੰ ਦੇਖ ਕੇ ਆਪਣਾ ਨਮਾਜ਼ ਤੇ ਹੱਥ ਬਣਾਇਓ, ਠੀਕ ਹੈ ਨਾ। ਇਹ ਜਗ੍ਹਾ ਦੇ ਉੱਤੋਂ ਆਏ ਹੋਣਗੇ ਨਾ ਤੁਹਾਡੇ ਅਫਸਰ, ਇਹ ਨਾਲ ਉਹਨਾਂ ਨੂੰ ਵੀ ਸੁਣਾਇਓ,
ਠੀਕ ਹੈ ਨਾ, ਰਿਟਾਇਰਮੈਂਟ ਲੈ ਕੇ ਨਾ ਅਮਰੀਕਾ ਕੈਨੇਡਾ ਅਮਰੀਕਾ ਨਹੀਂ ਸੈਟਲ ਹੋਣ ਦੇਣਾ, ਇੰਡੀਆ ਪੰਜਾਬੀ ਆ ਕੇ ਮਾਰਾਂਗੇ ਤੇ ਕੈਨੇਡਾ ਅਮਰੀਕਾ ਘਰੇ ਵੜ ਵੜ ਕੇ ਮਾਰਾਂਗੇ। ਦੱਸਿਆ ਵੀ ਜਾ ਰਿਹਾ ਕਿ ਫਾਇਰਿੰਗ ਤੋਂ ਬਾਅਦ ਰਿੰਦਾ ਵੱਲੋਂ ਆੜਤੀ ਸੁਰਜੀਤ ਨੂੰ ਵੀ ਮੁੜ ਤੋਂ ਧਮਕੀ ਦਿੱਤੀ ਗਈ, ਧਮਕੀ ਅਗਲੀ ਵਾਰ ਜਾਨੋਂ ਮਾਰ ਦੇਣ। ਹੁਣ ਇਸ ਨੂੰ ਜੇਕਰ ਸਿੱਧੇ ਤੌਰ 'ਤੇ ਪੰਜਾਬ ਪੁਲਿਸ ਨੂੰ ਚੁਣੌਤੀ ਨਾ ਕਹੀਏ ਤਾਂ ਫਿਰ ਕੀ ਕਹੀਏ? ਕਾਨੂੰਨ ਵਿਵਸਥਾ ਦਾ ਨਿਕਲਦਾ ਜਨਾਜ਼ਾ, ਜੰਗਲ ਰਾਜ ਨਾ ਕਹੀਏ ਤਾਂ ਕੀ ਕਹੀਏ? ਗਨਮੈਨਾਂ ਦੀ ਮੌਜੂਦਗੀ 'ਚ ਗੋਲੀਆਂ ਚੱਲਣ ਅਤੇ ਹੁਣ ਸਿੱਧਾ ਐਸ ਐਚ ਓ ਨੂੰ ਧਮਕੀ ਦੇਣਾ ਆਪਣੇ ਆਪ 'ਚ ਸਾਬਤ ਕਰਦਾ ਹੈ ਕਿ ਮੁਲਜ਼ਮ ਕਿੰਨੇ ਬੇਖੌਫ ਨੇ। ਵੇਖਣਾ ਹੋਵੇਗਾ ਕਿ ਹੁਣ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ। ਬਿਊਰੋ ਰਿਪੋਰਟ, ਬੀ ਡੀ ਸੀ ਨਿਊਜ਼।